चेतन देवाली का बयान यह है अपना बयान बोल तेन ये लै गया धंधे वाली ने दसा की मेन खुद लै गया की क्या तेन होटल च गाहक बहुत होंगे ने तेन काम दिता जाएगा फिर बना इतो नजर आऊंगी नहीं नजर आऊंगी जर्जी कारवाई कर रही हां मैं आप जिम्मेवार हूँ जे तू नजर आ गई नहीं नजर आऊंगी अज तो बाद मेनू वीर जी ना जिडे गंदे काम करेंगे ना कोई चाहिदा काम कर ला जमीर नहीं है ठीक मेहनत करके रोटी खाया करो अज तो बाद क्योंकि देखो जी प्रशासन ने फिर लिया देनी प्रशासन ने वार्निंग देनी मेनू नहीं पता देनी कि नहीं देनी जा पता नहीं की उन्होंने के पैसे लाके छड़ना सियाने दे पैसे लाके छड़दे अहीं वार्निंग दी आ सिर्फ एक गुरु दे सिख होने नाते उन्हें भी कहा मैं सिखा का मुंडा वा जी मेनू ठीक है मेनू अगल मत आजूगी की पता एक बार वार्निंग दे के अगल मत बंदे नू आ जाए अहीं वार्निंग दे के उन्हें अपना बयान लेके दिता जी अज तो बाद हरमन होटल दे विच उन्हें अपना नाम लिखा वा जे अज तो बाद धंधा होगा तो प्रशासन जां निहंग सिंह आगे कोई भी कार्रवाई कर सकते हैं तो जे कल साडे कोल कोई भी लामा होगा फिर निहंग सिंह जाने ते प्रशासन तरीक दसती है तरीक है जी 6 तरीक ठीक है जी नवा महीना बुधवार 3:10 बंदे नूं घेरिया गया नाल बीबी घेरी गई बीबी ने बयान देता वह कहिंदी जी इन्हें कहा है मैनू कि मेरे होटल मेरे होटल च बहुत धंधा होंदा वा बहुत गाहक होंदे आ ते तुसी इत्थे आ गए ते इत्थे आ जा करो मैं काम दवा दिया करूंगा तुहानू ठीक है जी हाँ मैं नहीं चाहना भी असीं रोजी रोटी बात करिए जे बंदे दी जान दी जमीरी ते इह जनानी नूं इह जो कहणगे भी मैं धंधा तैनूं दवाउणा इह सियाणा हुंदा ते उहनूं कहिंदा मेरे रिसेप्शन ते आ के बहि 15,000 लै ला काम कर ला आ के कोई होटल च 10,000 लै ला असल च गल इहोई आ भी आपणियां जिहड़ियां जमीरां वा ते आपणियां जिहड़ियां नजरां वा आपणा काम आ उह नहीं आपणे कोल काम किसे दा वी नहीं वस च काम दे बड़े बड़े संत साधुआं कोल नहीं वस च होया चलो आप एडी लंबी नहीं गल चलने चाहते संत साधुआं दे चरणां दी धूड़ नहीं आ बाकी इह आ भी इहनां दीआं जिहड़ियां नजरां वा ना ਉਹ ਸਿਰਫ ਇਹਨਾਂ ਨੂੰ ਸਾਰੀਆਂ ਦੇ ਦਿੱਤੀਆਂ ਵਾ ਇਹਨਾਂ ਦੀ ਧੰਦੇ ਵਾਲੀਆਂ ਦੇ ਦਿੱਤੀਆਂ ਵਾ ਮੇਰੇ ਹਿਸਾਬ ਨਾਲ ਜਿੱਦਾਂ ਦੀ ਇਹਨਾਂ ਦੀ ਸੋਚ ਹੋਗੀ ਨਾ ਬੰਦਿਆਂ ਦੀ ਇਹ ਖਬਰਾਂ ਆਉਂਦੀਆਂ ਨਾ ਜੀ ਇਹ ਜੀ ਆ ਭਰਾ ਨੇ ਆਪਣੀ ਭੈਣ ਨੂੰ ਫੜ ਲਿਆ ਮੈਂ ਇਹੋ ਜਿਹੀਆਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਖਬਰਾਂ ਵੇਖੀਆਂ ਗਈਆਂ ਤੁਸੀਂ ਆ ਪਿੱਛੇ ਜੇ ਆਈ ਜੀ ਭਰਾ ਨੇ ਭੈਣ ਨੂੰ ਫੜਿਆ ਜੀ ਮਗਰੋਂ ਉਹ ਘਰ ਦੇ ਆ ਗਏ ਉਹਨੇ ਆਪਣੀ ਭੈਣ ਨੂੰ ਵੜਤਾ ਉਹਨਾਂ ਮੁੰਡਾ ਮਾਰਤਾ ਬਾਅਦ ਵਿੱਚ ਇਦਾਂ ਦੀਆਂ ਬੜੀਆਂ ਖਬਰਾਂ ਆਉਂਦੀਆਂ ਮੈਨੂੰ ਲੱਗਦਾ ਵੀ ਆਉਣ ਵਾਲਾ ਭਵਿੱਖਬਾਣੀ ਵੀ ਕੋਈ ਵੀ ਜਿੱਦਾਂ ਦੇ ਬੰਦਿਆਂ ਦੀਆਂ ਸੋਚ ਹੋ ਗਈ ਆ ਨਾ ਜਿੱਦਾਂ ਦੇ ਲੋਕ ਹੁੰਦੇ ਜਾਂਦੇ ਆ ਮੈਨੂੰ ਲੱਗਦਾ ਗਾਂ ਇਹਨਾਂ ਆਪਣੀਆਂ ਧੀਆਂ ਭੈਣਾਂ ਵੀ ਨਹੀਂ ਬਛਣੀਆਂ ਗਾਂ ਦੇ ਜਿਵੇਂ ਹੁਣ ਕਿ ਮਤਲਬ ਆਪਣੇ ਇੱਥੇ ਇੱਕ ਤੇ ਹੋਟਲ ਇਹ ਤੇ ਹੈਗਾ ਹੀਗਾ ਬਾਕੀ ਜਿਵੇਂ ਹੋਰ ਵੀ ਹੋਟਲ ਜਿਵੇਂ ਲੱਗਦਾ ਬਾਈ ਸਾਨੂੰ ਮੈਂ ਚਾਹੁੰਦਾ ਵਾ ਵੀ ਸਾਨੂੰ ਬੰਦੇ ਇਹੋ ਜਿਹੇ ਸਾਥ ਦੇਣ ਹੁਣ ਹੋਟਲ ਵਾਲੇ ਨੇ ਕਿਹਾ ਜੀ ਮੈਂ ਕਰਨ ਨੂੰ ਤੁਹਾਡੇ ਨਾਲ ਜਾਊਂਗਾ ਮੈਂ ਤੇ ਚਾਹੁੰਦਾ ਵੀ ਇਹੋ ਜਿਹੇ ਬੰਦੇ ਸਾਥ ਦੇਣ ਤੇ ਇਹੋ ਜਿਹੇ ਜਾ ਕੇ ਜਦੋਂ ਇਹੋ ਜਿਹੇ ਬੰਦੇ ਜਾ ਕੇ ਨਾ ਲੈਣਗੇ ਇਹਦੇ ਸੁਖੋ ਖੂੰਬ ਠੱਪਾਂਗੇ ਨਾਲੇ ਵੀ ਆਪੇ ਚੁੱਪ ਕਰ ਦੇਣਗੇ ਵੀ ਹੋਟਲ ਵਾਲੇ ਕੋਲ ਲੈ ਗਿਆ ਆ ਇੱਕ ਦੁਕਾਨਦਾਰ ਦੂਜੇ ਦੁਕਾਨਦਾਰ ਦਾ ਜਾ ਕੇ ਕਵੇ ਨਾ ਜੀ ਬਾਬਾ ਜੀ ਇਹ ਗਲਤ ਕਰਦਾ ਉਹ ਸਮਝ ਲੈਂਦਾ ਵਾ ਹੁਣ ਜਿੱਦਾਂ ਆਟੋ ਵਾਲਿਆਂ ਨੇ ਇੱਕ ਰੇਟ ਲਾਇਆ ਦਾ ਨਾ ਕਿ 20 ਲੈਣੇ ਤੇ 20 ਹੀ ਲੈਣੇ ਆ ਹੁਣ ਦੂਜਾ ਬੰਦਾ ਰੇਟ ਖਰਾਬ ਕਰੂਗਾ ਤੇ ਉਹ ਜਾ ਕੇ ਦਿਵਾਲੇ ਹੋ ਜਾਂਦੇ ਆ ਠੀਕ ਆ ਤੇ ਜੇ ਦੂਜਾ ਬੰਦਾ ਜਾ ਕੇ ਕਹੂਗਾ ਨਹੀਂ ਯਾਰ 30 ਲੱਲਾ ਉਹ ਘਬਰਾ ਜਾਂਦਾ ਯਾਰ ਇਹਨੇ ਵੱਧ ਕਹਿਤਾ ਜਾਂ ਇਹਨੇ ਘੱਟ ਕਹਿਤਾ ਇਸ ਕਰਕੇ ਜੇ ਇਹ ਜਾ ਕੇ ਦੱਸੂਗਾ ਸਗੋਂ ਅਸੀਂ ਤੇ ਚਾਹੁੰਦੇ ਆ ਇਹ ਸਾਡੇ ਨਾਲ ਜਾਵੇ ਸਾਨੂੰ ਜ਼ਿਆਦਾ ਖੁਸ਼ੀ ਆ ਇਹ ਜਾ ਕੇ ਦੱਸੂਗਾ ਨਾ ਜ਼ਿਆਦਾ ਘਬਰਾ ਜਾਣਾ ਵਾ ਉਹਨਾਂ ਦਾ ਹੋਟਲ ਵਾਲਾ ਲੈ ਕੇ ਆਇਆ ਵਾ ਉਹਨਾਂ ਆਪੇ ਮੰਨ ਜਾਣਾ ਆਪਣੀ ਗਲਤੀ ਸਾਨੂੰ ਮਨਾਉਣ 'ਚ ਟਾਈਮ ਲੱਗਣਾ ਵਾ ਇਹਨੇ 2 ਮਿੰਟ 'ਚ ਬਣਾ ਦੇਣਾ ਵਾ ਇਹਨੇ ਆਪ ਬਿਆਨ ਦੇ ਦੇਣਾ ਅਸੀਂ ਤੇ ਚਾਹੁੰਦੇ ਆ ਇਹ ਜਾਵੇ ਹੋਰ ਸਿੰਘ ਗਾਰਡਨ ਨਾਲ ਤੁਰਨ ਅਸੀਂ ਕੋਹਣੀ ਪ੍ਰਸ਼ਾਸਨ ਕੋਈ ਮੰਗ ਨਹੀਂ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਤੁਸੀਂ ਗੱਲਾਂ 'ਚ ਇਹਨਾਂ ਨੂੰ ਸਮਝਾ ਸਕਦੇ ਜੀ ਸਮਝਾ ਲਓ ਨਹੀਂ ਤੇ ਬਾਅਦ ਨਾ ਅਸੀਂ ਕੋਈ ਕੋਟਕ ਡਾਬਾ ਕਰਨਾ ਚਾਹੁੰਦੇ ਨਾ ਅਸੀਂ ਮਾੜੇ ਰਾਵਾਂ ਦੇ ਤੁਰਨਾ ਚਾਹੁੰਦੇ ਆ ਅਸੀਂ ਵੀ ਅੱਜ ਇਹਨੂੰ ਮੂੰਹ ਨਾਲ ਸਮਝਾਇਆ ਵਾ ਮੁੜ ਕੇ ਨਾ ਕਿ ਵਾਰਨਿੰਗ ਨਹੀਂ ਦਿੱਤੀ ਵਾਰਨਿੰਗ ਵੀ ਦਿੱਤੀ ਹੈ ਚੇਤਾਵਨੀ ਵੀ ਦਿੱਤੀ ਸਭ ਕੁਝ ਦਿੱਤਾ ਵਾ ਹਾਂਜੀ ਘਰ ਲੱਗ ਜਾਓ ਜੇ ਕੰਮ ਕਾਂਡੇ ਸੀ ਨਾ ਹਾਂਜੀ ਜਿੰਨੇ ਜਿੱਦਾਂ ਹੁਣ ਮਤਲਬ ਕਿ ਆਪਾਂ ਗੁਰਦੁਆਰੇ ਲੱਗੇ ਜੇ ਇਹੋ ਜਿਹੇ ਕਾਂਡ ਹੋਣਗੇ ਤੁਹਾਡੇ ਹਿਸਾਬ ਨਾਲ ਕੀ ਕੁਝ ਹੋ ਸਕਦਾ ਵਾ ਵੇਖੋ ਜੀ ਮੈਨੂੰ ਕਿਸੇ ਦਾ ਨਹੀਂ ਪਤਾ ਕਿਸ ਨੇ ਕੁਝ ਕਰਨਾ ਵਾ ਜਾਂ ਨਹੀਂ ਕਰਨਾ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਨਾ ਉਹ ਸਿਆਣਿਆਂ ਦੇ ਵਿੱਚ ਜਿੰਨੀ ਕੁ ਚਾਦਰਿਆ ਉਹਨੇ ਕੁ ਪੈਰ ਪਸਾਰੂ ਮੈਂ ਜਿੰਨਾ ਕੁ ਚਲੋ ਗੁਰੂ ਰਾਮਦਾਸ ਮਹਾਰਾਜ ਜਿੰਨੀ ਕੁ ਸੇਵਾ ਲੈਣਗੇ ਮੈਂ ਤੇ ਨੌਜਵਾਨ ਵੀਰਾਂ ਨੂੰ ਜਿੱਥੋਂ ਤੱਕ ਵੀਡੀਓ ਪਹੁੰਚੂ ਮੈਂ ਇਹੋ ਬੇਨਤੀ ਕਰੂੰਗਾ ਭਾਈ ਵੱਧ ਤੋਂ ਵੱਧ ਨੌਜਵਾਨ ਜੁੜੋ ਸਿਰਫ ਗੱਲ ਕਰਦੀ ਜਾਂ ਅੰਦਰੋਂ ਜ਼ਮੀਰਾਂ ਜਗਾਉਣ ਦੀ ਜ਼ਮੀਰਾਂ ਤੁਹਾਡੀਆਂ ਤਾਂ ਜਗਣੀਆਂ ਜਦੋਂ ਸਿਰ ਤੇ ਦਸਤਾਰ ਰੱਖ ਕੇ ਅਰਦਾਸ ਕਰਨੀ ਗੁਰੂ ਮਹਾਰਾਜ ਅੱਗੇ ਉਹ ਦਿਨ ਤੁਹਾਡੀ ਜ਼ਮੀਰ ਜਾਗ ਦੇਣੀ ਜਾਗ ਜਾਣੀ ਆ ਤੇ ਇਹ ਕਰਕੇ ਮੇਰੀ ਬੇਨਤੀ ਵੱਧ ਤੋਂ ਵੱਧ ਜਿੱਦਣ ਵੀਰ ਨੌਜਵਾਨ ਇਹ ਰਾਹ ਤੇ ਤੁਰ ਪਏ ਇਹਨਾਂ ਨੂੰ ਡੱਕਣ ਤੁਰ ਪਏ ਇਹਨਾਂ ਵਰਗਿਆਂ ਨੂੰ ਆਪੇ ਨੱਥ ਪੈਣੀਆਂ ਇਹਨਾਂ ਵਰਗਿਆਂ ਕੰਬ ਕੰਬ ਲੰਘਿਆ ਕਰਨਾ ਵੀ ਇੱਥੇ ਸਿੰਘ ਆਉਂਦੇ ਆ ਕੱਲੇ ਕੱਲੇ ਸਿੰਘ ਕੋ ਡਰਨਗੇ ਇਹ ਕਰਕੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹ ਸੋਚੋ ਕਿ ਇਹ ਆਪਣੇ ਪਿਓ ਦਾ ਘਰ ਆ
ਠੀਕ ਆ। ਇਹ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪਾਉਣ ਡੇ ਇੱਕ ਹਿਸਾਬ ਨਾਲ, ਤੁਹਾਡੇ ਪਿਓ ਦੀ ਇੱਜ਼ਤ ਰੋਲਣ ਡੇ ਆ। ਇੱਥੇ ਚਾਰ ਟੂਰਿਸਟ ਆਉਂਦੇ, ਮੇਰੀ ਪਿੱਛੇ ਜਿਹਾ ਵੀਡੀਓ ਪਈ, ਉਹਨੂੰ ਕਮੈਂਟ ਆਏ ਉਹਦੇ ਚ, ਮੇਰੇ ਹਿਸਾਬ ਨਾਲ 10,000 ਕਮੈਂਟ ਹੀ ਹੋਣਾ ਵਾ ਕੱਲਾ। ਉਹਦੇ ਚ ਕਮੈਂਟ ਆਏ, ਬਾਬਾ ਜੀ ਅਸੀਂ ਆਹ ਹੋਟਲ ਚ ਗਏ, ਸਾਨੂੰ ਲੁੱਟ ਲਿਆ ਜੀ, ਸਾਡਾ ਸਮਾਨ ਖੋਲਿਆ ਜੀ, ਸਾਡਾ ਹੋ ਗਿਆ। ਵੇਖੋ ਇਹ ਗੁਰੂ ਘਰ ਉਹ ਵਾ, ਡਿੱਠੇ ਸਭੇ ਥਾਪ ਨਹੀਂ ਤੁੱਧ ਜੇ ਆ, ਇਹਦੇ ਨਾਲ ਦਾ ਕੋਈ ਅਸਥਾਨ ਨਹੀਂ ਬਣਿਆ। ਉਹ ਬੰਦਾ ਗਾੜੀ ਜਾ ਕੇ 10 ਜਣਿਆਂ ਨੂੰ ਦੱਸੇ ਮੇਰਾ ਉੱਥੇ ਸਮਾਨ ਕੱਢਿਆ ਗਿਆ ਤੇ ਕਿੱਡੀ ਮਾੜੀ ਗੱਲ ਆ, ਉਹਨੇ ਕਹਿਣਾ ਦਰਵਾਜ਼ੇ ਇਹੋ ਜਿਹਾ ਕੰਮ ਹੁੰਦਾ। ਇਸ ਕਰਕੇ ਮੈਂ ਨਾ ਵੀ ਇੰਨਾ ਪਵਿੱਤਰਤਾ ਦਾ ਦਰਜਾ ਦੇ ਦੋ ਇਹਨੂੰ ਕਿ ਇੱਕ ਬੰਦਾ ਆਵੇ ਤੇ ਗਾੜੀ ਜਾ ਕੇ 10 ਪਿੰਡਾਂ 'ਚ ਦੱਸੇ ਤੇ ਉਹਦੇ ਨਾਲ ਦਾ ਦੁਨੀਆਂ ਦੇ ਕੋਈ ਅਸਥਾਨ ਨਹੀਂ ਹੈਗਾ। ਇੱਥੇ ਜੇ ਗੋਰੇ ਹਿੰਦੂ ਮੁਸਲਿਮ ਸਾਈ ਨਤਮਸਤਕ ਹੁੰਦੇ ਆ, ਇਸੇ ਕਰਕੇ ਹੁੰਦੇ ਆ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਤੋਂ। ਹਾਂਜੀ, ਇਹੋ ਜਿਹੇ ਕੰਜਰਾਂ ਨੇ ਇਹੋ ਜਿਹਾ ਇੱਥੇ ਕਦਰਖਾਨਾ ਪਾਇਆ ਤੇ ਮੈਨੂੰ ਲੱਗਦਾ ਵੀ ਇੱਥੋਂ ਕਈ ਟੁੱਟਣ ਵਾਲੇ ਆ, ਕਈਆਂ ਨੇ ਡਰ ਡਰ ਕੇ ਇੱਥੇ ਆਉਣਾ। ਲੋਕ ਡਰਦੇ ਇੱਥੇ ਨਹੀਂ, ਇਹਨਾਂ ਦੇ ਹੋਟਲਾਂ 'ਚ ਨਹੀਂ ਵੜਦੇ, ਬਾਹਰ ਸੌ ਜਾਂਦੇ ਆ। ਲਾਓ ਮੋਟਰਸਾਈਕਲ ਸੌਂਦੇ ਆ, ਇਸੇ ਕਰਕੇ ਸੌਂਦੇ ਆ ਜੀ, ਜਾਵੇ ਸਾਨੂੰ ਲੁੱਟ ਨਾ ਲੈਣ। ਤੇ ਬੀਬੀਆਂ ਉਹ ਕਰਾਉਂਦੇ ਕੀ ਆ, ਫਿਰ ਬੀਬੀਆਂ ਨੇ ਕੀ ਕਰਨਾ ਵਾ, ਅੰਦਰ ਲੈ ਜਾਂਦੇ ਹੋਟਲ 'ਚ, ਉਹਨਾਂ ਨੂੰ ਮੁੜ ਕੇ ਨੰਗੇ ਕਰਕੇ, ਉਹਨਾਂ ਦੇ ਪੈਸੇ ਕੱਢ ਕੇ, ਬੜੂਏ ਕੱਢ ਕੇ, ਪੈਸੇ ਕੱਢ ਕੇ ਉਹਨਾਂ ਨੂੰ ਧਮਕੀ ਦੇ ਦੇਣੀ ਜੀ ਅਸੀਂ ਤੈਨੂੰ ਮਾਰ ਦਾਂਗੇ ਜਾਂ ਪੁਲਿਸ ਸੱਦ ਲਾਂਗੇ। ਅਗਲਾ ਹੁਣ ਸ਼ਰਮ ਦਾ ਮਾਰਾ, ਦੱਸੋ ਕੀ ਜਾ ਕੇ ਪੁਲਿਸ ਨੂੰ ਦੱਸੂਗਾ, ਮੈਂ ਬੀਬੀ ਨੂੰ ਮਿਲ ਗਿਆ, ਮੁੜਿਆ ਜੀ ਕੀ ਕਾਰਵਾਈ ਕਰੂਗੀ, ਬੀਬੀ ਨੂੰ ਮਿਲਿਆ ਤੇ ਇਹਦਾ ਸਮਾਨ ਕੱਢਿਆ ਗਿਆ, ਇਹੋ ਜਿਹੀਆਂ ਕਾਰਵਾਈਆਂ ਲੈਂਦੀਆਂ। ਇਹ ਕਰਕੇ ਅਗਲਾ ਉਹਦੇ ਲੱਗਾ ਨਹੀਂ ਵਿਚਾਰਾ ਬੋਲਦਾ। ਇਹ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਲਾ ਲਓ, ਇੱਕੋ ਵਾਰੀ ਅਸੀਂ ਕਰਨੀ ਚਾਹੁੰਦੇ ਹਾਂ। ਮੈਂ ਵਾਰ ਵਾਰ ਬੜੀ ਵਾਰੀ ਬੇਨਤੀਆਂ ਕੀਤੀਆਂ ਵਾ, ਬੜੇ ਚੈਨਲਾਂ ਨੂੰ ਕਿਹਾ ਵਾ, ਮੈਂ ਫਿਰ ਬੇਨਤੀ ਕਰਨੀ ਚਾਹੁੰਦਾ ਵਾ ਵੀ ਇੱਥੇ ਥੋੜ੍ਹੀ ਬਹੁਤੀ ਠੱਲ ਪਾਓ, ਇਹਨਾਂ ਨੂੰ ਸਮਝਾਇਆ ਜਾਵੇ। ਮੇਰੀ ਹੱਥ ਜੋੜ ਕੇ ਬੇਨਤੀ ਆ, ਜੇ ਸਮਝਦੇ ਆ ਤਾਂ ਠੀਕ ਆ, ਨਹੀਂ ਤਾਂ ਵੱਧ ਤੋਂ ਵੱਧ ਇਹਨਾਂ ਦੀ ਕਾਰਵਾਈ ਕਰੋ। ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।